ਤਾਰੀਖ ਦਿੱਤੀ ਐ ਨਾ ਸਮਾਂ ਦਿੱਤਾ ਨਾ ਜਗ੍ਹਾ ਦਸੀਆ ਜੀ ਜਨਾਲਾ ਜੀ ਇੱਕ ਤਾਂ ਝੂਠ ਨਾ ਬੋਲੋ ਕਿ ਤੁਹਾਨੂੰ ਟਾਈਮ ਦਿੱਤਾ ਨਹੀਂ ਇਹ ਬਹਾਨਾ ਨਾ ਬਣਾਓ ਕਿ ਅਸੀਂ ਹੁਣ ਪਰਮੇਸ਼ਰ ਦਰਬਾਰ ਜਾ ਕਰਕੇ ਇਹਦੇ ਨਾਲ ਵਿਚਾਰ ਕਰਦਾ ਕਰਾਂਗੇ ਨੂੰ ਇਹੋ ਜੇ ਬੰਦੇ ਨੂੰ ਅਸੀਂ ਦੇਲ ਹੀ ਨਹੀਂ ਚੜਨ ਦਿੰਦੇ ਐਟੀਟਿਊਡ ਨਾਲ ਪ੍ਰੋਬਲਮ ਹੈ ਵਿੱਧ ਦਿਨ ਪਾਈ ਅਮਰਿਕ ਸਿੰਘ ਅਜਨਾਲਾ ਨੇ ਫੇਸਬੁੱਕ ਉੱਪਰ ਵੀਡੀਓ ਪਾਈ ਸੀ ਕਿ ਰਣਜੀਤ ਸਿੰਘ ਟਡਰੀਆਂ ਵਾਲੇ ਤਿਆਰ ਰਹਿਣ ਕਿਉਂਕਿ ਉਹ ਗੁਰਦੁਆਰਾ ਪਰਮੇਸ਼ਵਰ ਦਵਾਰ ਪਹੁੰਚ ਕੇ ਉਹਨਾਂ ਦੇ ਨਾਲ ਚਰਚਾ ਕਰਨਗੇ ਇਸ ਦਾ ਜਵਾਬ ਦਿੰਦੇ ਹੋਏ ਰਣਜੀਤ ਸਿੰਘ ਟਡਰੀਆਂ ਵਾਲੇ ਨੇ ਅਮਰੀਕ ਸਿੰਘ ਖਾਲਸਾ ਨੂੰ ਠੋਕਾ ਜਵਾਬ ਦਿੱਤਾ ਹੈ ਟਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਅਜਨਾਲਾ ਜੀ ਬਹਾਨੇ ਬਣਾਉਣ ਦੀ بجائے ਚੈਨਲ ਉਪਰ ਆ ਕੇ ਗੱਲਬਾਤ ਕਰੋ ਟਡਰੀਆਂ ਵਾਲਿਆਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੱਲਬਾਤ ਦੇ ਲਈ ਗੁਰਦੁਆਰਾ ਪਰਮੇਸ਼ਵਰ ਦਵਾਰ ਨਹੀਂ ਬਲਕਿ ਕੋਈ ਚੈਨਲ ਵਧੀਆ ਜਗ੍ਹਾ ਹੋ ਸਕਦੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਭਾਈ ਅਮਰੀਕ ਸਿੰਘ ਅਜਨਾਲੇ ਹੋਣਾ ਦੀ ਇੱਕ ਵੀਡੀਓ ਆਈ ਹੈ ਕਿ ਅਸੀਂ ਪਰਮੇਸ਼ਰ ਦਵਾਰ ਆ ਕੇ ਗੱਲਬਾਤ ਕਰਨੀ ਹੈ ਇੱਥੇ ਆ ਕੇ ਸੰਵਾਦ ਕਰਨਾ ਹੈ ਤੇ ਉਹਦੇ ਸਬੰਧ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅਜਨਾਲਾ ਜੀ ਇੱਕ ਤਾਂ ਝੂਠ ਨਾ ਬੋਲੋ ਕਿ ਤੁਹਾਨੂੰ ਟਾਈਮ ਦਿੱਤਾ ਨਹੀਂ ਤੁਸੀਂ ਕਿਹਾ ਸੀ ਕਿ ਟਾਈਮ ਦਿਓ ਥਾਂ ਤੇਰੀ ਜਗ੍ਹਾ ਤੇਰੀ ਟਾਈਮ ਤੇਰਾ ਤਰੀਕ ਤੇਰੀ ਸਵਾਲ ਤੇਰੇ ਜਵਾਬ ਅਸੀਂ ਦੇਾਂਗੇ ਮੈਂ ਇਹ ਬੇਨਤੀ ਚੈਨਲ ਉੱਤੇ ਆਉਣ ਵਾਸਤੇ ਕੀਤੀ ਸੀ ਵੀਡੀਓ ਬਣਾ ਕੇ ਬੋਲਿਆ ਕਿ ਚੈਨਲ ਦੇ ਉੱਤੇ ਆ ਕੇ ਬੈਠ ਕੇ ਤੁਸੀਂ ਮੇਰੇ ਨਾਲ ਗੱਲ ਕਰੋ ਤੁਹਾਡੇ ਨਾਲ ਵੀ ਐਂਕਰ ਚੈਨਲਾਂ ਦੇ ਸੰਪਰਕ ਕਰ ਰਹੇ ਹੈ ਕਈ ਦਿਨਾਂ ਤੋਂ ਕਿ ਤੁਸੀਂ ਅਜਨਾਲਾ ਜੀ ਕਦੋਂ ਆਓਗੇ ਤੇ ਤੁਸੀਂ ਇਹ ਹਮੇਸ਼ਾ ਕਿਹਾ ਕਿ ਮੈਂ ਆਪਣੇ ਸਾਥੀਆਂ ਨਾਲ ਵਿਚਾਰ ਕਰਾਂਗਾ ਆਉਣਾ ਹੈ ਕਿ ਨਹੀਂ ਆਉਣਾ ਤੇ ਮੈਨੂੰ ਵੀ ਪਤਾ ਲੱਗਾ ਕਿ 12 ਤਰੀਕ ਨੂੰ ਤੁਸੀਂ ਉਧਰੋਂ ਆਉਣਾ ਹੈ ਪਹਿਲਾਂ 12 ਤਰੀਕ ਚੈਨਲ ਦੇ ਉੱਤੇ ਰੱਖੀ ਗਈ ਸੀ ਨਿਊ ਜੇ 18 ਦੇ ਉੱਤੇ ਤੇ ਹੁਣ ਦੂਜਾ ਮੈਨੂੰ ਪਤਾ ਲੱਗਾ 12 ਨੂੰ ਆਉਣਾ ਫਿਰ 13 ਤਰੀਕ ਰੱਖੀ ਗਈ ਹੈ ਮੇਰੇ ਨਾਲ ਵੀ ਉਹਨਾਂ ਨੇ ਸੰਪਰਕ ਕੀਤਾ ਭਾਈ ਸਾਹਿਬ ਤੁਸੀਂ ਵੀ ਆਓ ਤੇ ਅਜਨਾਲਾ ਜੀ ਨੂੰ ਵੀ ਅਸੀਂ ਮਨਾ ਰਹੇ ਹਾਂ ਉਹ ਆਉਣ ਤੇ ਮੇਰੀ ਬੇਨਤੀ ਭਾਈ ਅਮਰੀਕ ਸਿੰਘ ਅਜਨਾਲਾ ਜੀ ਉਹਨਾਂ ਨੂੰ ਹੈ ਕਿ ਸੁਖਾਵਾਂ ਮਾਹੌਲ ਪਰਮੇਸ਼ਰ ਦੁਆਰ ਨਹੀਂ ਉੱਥੇ ਹੀ ਹੋ ਸਕਦਾ ਹੈ ਇਹ ਤੁਸੀਂ ਬਹਾਨਾ ਬਣਾ ਰਹੇ ਆਂ ਜਾਣਬੁੱਝ ਕੇ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਪਰਮੇਸ਼ਰ ਦਵਾਰ ਤੁਸੀਂ ਆਉਣਾ ਹੈ ਇਹ ਪਤਾ ਲੱਗ ਗਿਆ ਇੱਥੇ ਤੇ ਵੈਸੇ ਹੀ 4-5000 ਬੰਦਾ ਇਕੱਠਾ ਹੋ ਜਾਣਾ ਇਹੋ ਜੇ ਮਾਹੌਲ ਦੇ ਵਿੱਚ ਕਾਦੀ ਗੱਲਬਾਤ ਆਪਾਂ ਕਰਾਂਗੇ ਸੁਖਾਵਾਂ ਮਾਹੌਲ ਹੈ ਚੈਨਲ ਦੇ ਉੱਤੇ ਬੈਠ ਕੇ ਆਪਾਂ ਗੱਲਬਾਤ ਕਰੀਏ ਬੈੰਦੇ ਕਿਉਂ ਨਹੀਂ ਆਪਾਂ ਇੱਥੇ ਕਿਉਂ ਨਹੀਂ ਬੈਠਦੇ ਉਹਦਾ ਕਾਰਨ ਵੀ ਇੱਕ ਹੋਰ ਵੀ ਹੈ ਵੀਰੋ ਉਹ ਵੀ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜਦੋਂ ਕੋਈ ਬੰਦਾ ਆ ਕੇ ਆਖੇ ਨਾ ਜੀ ਅਸੀਂ ਰਿਸ਼ਤਾ ਕਰਨਾ ਹੈ ਬੱਚੇ ਦੇ ਗੱਲਬਾਤ ਕਰਾਓ ਬੈਠੀਏ ਤੇ ਆਪਾਂ ਕਹਿੰਦੇ ਹਾਂ ਹਾਂਜੀ ਗੱਲਬਾਤ ਤੁਰਨ ਤੋਰਨ ਨੂੰ ਅਸੀਂ ਤਿਆਰ ਆ ਵਿਚਾਰ ਕਰੀਏ ਪਰ ਜੇ ਕੋਈ ਆ ਕੇ ਰੋਹ ਮਾਰੇ ਵੀ ਜਾਂ ਤੇ ਤੂੰ ਸਾਡੇ ਨਾਲ ਲੜਕੀ ਦਾ ਰਿਸ਼ਤਾ ਕਰਦੇ ਨਹੀਂ ਤੇ ਤੇਰੀ ਧੀ ਦਾ ਰਿਸ਼ਤਾ ਅਸੀਂ ਕਿਤੇ ਵੀ ਨਹੀਂ ਹੋਣ ਦੇਣਾ ਉਸ ਵੇਲੇ ਸਾਨੂੰ ਇਹੋ ਜੇ ਬੰਦੇ ਨੂੰ ਅਸੀਂ ਦੇਲ ਹੀ ਨਹੀਂ ਚੜਨ ਦਿੰਦੇ ਐਟੀਟਿਊਡ ਨਾਲ ਪ੍ਰੋਬਲਮ ਹੈ ਇਸ ਸੁਭਾਅ ਦੀ ਪ੍ਰੋਬਲਮ ਹੈ ਸਾਡੀ ਇਹ ਜਨਾਲੇ ਵਰਗਿਆਂ ਦੇ ਸੁਭਾਅ ਨਾਲ ਪ੍ਰੋਬਲਮ ਹੈ ਜਿਹੜਾ ਇਹ ੱਤਕੇ ਨਾਲ ਦਬਾਉਂਦੇ ਐ ਆਪਣੇ ਆਪ ਨੂੰ ਮਾਲਕ ਸਮਝਦੇ ਐ 50 ਬੰਦਿਆਂ ਨੇ ਲੱਖਾਂ ਸੰਗਤਾਂ ਦਾ ਦਿਲ ਤੋੜ ਦਿੱਤਾ ਆ ਦੀਵਾਨ ਸੁਣਨਾ ਚਾਹੁੰਦੇ ਐ ਪ੍ਰੋਗਰਾਮ ਸੁਣਨਾ ਚਾਹੁੰਦੇ ਐ ਇਹਨਾਂ ਕਰਕੇ ਹੋ ਨਹੀਂ ਰੇ ਹੁਣ ਮੈਂ ਤੁਹਾਨੂੰ ਸਾਰੇ ਪ੍ਰੋਗਰਾਮ ਬੰਦ ਕਰਕੇ ਚੈਨਲ ਤੇ ਆਉਣ ਦਾ ਸੱਦਾ ਦਿੱਤਾ ਸਾਂਝੀ ਥਾਂ ਆ ਇੱਥੇ ਮਾਹੌਲ ਸੁਖਾਵਾਂ ਕਿ ਉੱਥੇ ਸੁਖਾਵਾਂ ਜਾਂ ਤੁਸੀਂ ਇਹ ਦੱਸੋ ਅਮਰੀਕ ਸਿੰਘ ਜਨਾਲਾ ਜੀ ਵੀ ਤੁਸੀਂ ਚੈਨਲ ਤੇ ਕਦੇ ਗਏ ਨਹੀਂ ਚੈਨਲਾਂ ਦੇ ਉੱਤੇ ਜਾ ਕੇ ਤੁਸੀਂ ਅੱਗੇ ਵੀ ਗੱਲਬਾਤ ਕਰਦੇ ਹੋ ਇਸ ਵਾਰੀ ਫੇਰ ਕਰ ਲਓ ਜਾਂ ਆਪਣੇ ਘਰ ਮੈਨ ਭੇਜ ਦੇ ਤੁਹਾਡੇ ਘਰ ਭੇਜ ਦੇਣਗੇ ਤੁਸੀਂ ਉੱਥੇ ਆਪਣਾ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਆਪਣੀ ਗੱਲਬਾਤ ਕਰ ਲਓ ਮੈਂ ਚੈਨਲ ਤੇ ਬੈਠ ਕੇ ਗੱਲਬਾਤ ਕਰ ਲੈਣਾ ਇਹ ਬਹਾਨਾ ਨਾ ਬਣਾਓ ਤੁਹਾਨੂੰ ਵੀ ਪਤਾ ਹੈ ਕਿ ਪਰਮੇਸ਼ਰ ਦਵਾਰ ਦੇ ਨੇੜੇ ਸਿਕਿਉਰਿਟੀ ਨੇ ਵੀ ਤੁਹਾਨੂੰ ਅੰਦਰ ਨਹੀਂ ਆਉਣ ਦੇਣਾ ਕੋਈ ਵੀ ਗੱਲਬਾਤ ਹੋ ਗਈ ਇਸੇ ਕਰਕੇ ਤਾਂ ਆਪਾਂ ਦਵਾਨ ਬੰਦ ਕੀਤੇ ਸੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਰੱਪਾ ਨਾ ਪਵੇ ਤੇ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਜਾਣ ਬੁਝ ਕੇ ਬਹਾਨੇ ਨਾ ਬਣਾਓ ਮੇਰੀ ਤੁਹਾਨੂੰ ਬੇਨਤੀ ਹੈ ਵੀ ਜਿਹੜੀ ਵੀ ਗੱਲਬਾਤ ਕਰਨੀ ਹੈ ਤੁਸੀਂ ਚੈਨਲ ਦੇ ਉੱਤੇ 13 ਤਰੀਕ ਰੱਖੀ ਹੈ ਜੇ ਤੁਹਾਨੂੰ 13 ਨਹੀਂ ਪਸੰਦ ਤਾਂ ਆਪਾਂ 15 ਰੱਖ ਲੈਨੇ ਆ 20 ਰੱਖ ਲੈਨੇ ਆ 25 ਰੱਖ ਲੈਨੇ ਆ ਜਿਹੜੀ ਤਰੀਕ ਤੁਹਾਨੂੰ ਠੀਕ ਲੱਗਦੀ ਹੈ ਚੈਨਲ ਤੇ ਆ ਕੇ 1 ਘੰਟਾ ਟਾਈਮ ਉਹਨਾਂ ਨੇ ਰੱਖਿਆ ਆਪਾਂ ਉਹਨਾਂ ਨੂੰ ਕਹਾਂਗੇ 2 ਰੱਖੋ 2 ਘੰਟੇ ਗੱਲਬਾਤ ਚੱਲ ਪਈ ਤੇ 2 ਘੰਟੇ ਆਪੇ ਕਰ ਆਪਾਂ ਕਰਦੇ ਰਵਾਂਗੇ ਇਤੋਂ ਵਧੀਆ ਮਾਹੌਲ ਕੀ ਹੋ ਸਕਦਾ ਚੈਨਲ ਤੇ ਬਹਿ ਕੇ ਆਪਾਂ ਗੱਲਬਾਤ ਕਰੀਏ ਰੋਜ਼ ਰੋਜ਼ ਇਹਦੇ ਨਾਲ ਸਾਰਿਆਂ ਦਾ ਹੀ ਹੱਸਾ ਜਿਆ ਬਣਦਾ ਮਜ਼ਾਕ ਬਣਦਾ ਇਹ ਚੰਗਾ ਨਹੀਂ ਲੱਗਦਾ ਕਿਸੇ ਦਾ ਨੁਕਸਾਨ ਕਰਾਉਣ ਵਾਲੇ ਹੁੰਦੇ ਤੇ ਇੱਥੇ ਘਰ ਕਿਉਂ ਬੈਠਦੇ ਭਾਈ ਸਾਰਾ ਕੁਝ ਛੱਡ ਛਡਾ ਕੇ ਤਾਂ ਇੱਥੇ ਬਹਿ ਗਿਆ ਦੋ ਧਰਾ ਨਾ ਬਣਾਓ ਬਰਾਬਰ ਤੇ ਨਹੀਂ ਹਰ ਜਗ੍ਹਾ ਪਿੱਛੇ ਹਟਦੇ ਰਹੇ ਆ ਤੇ ਇੱਥੇ ਵੀ ਮੈਂ ਬੇਨਤੀ ਕਰਦਾ ਵੀ ਇਹੋ ਜਿਹਾ ਬਹਾਨਾ ਨਾ ਬਣਾਓ ਤੁਸੀਂ ਵੀ ਪਰਮੇਸ਼ਰ ਦਵਾਰ ਜਾਣਾ ਉਹ ਤੇ ਹੁਣੇ ਹੀ ਮੈਨੂੰ ਪਤਾ ਪ੍ਰਸ਼ਾਸਨ ਵਾਲਿਆਂ ਨੇ ਹੁਣੇ ਇੱਥੇ ਕਿੰਨੇ ਬੈਰੀਗੇਟ ਲਾਏ ਹੋਏ ਆ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਰਾਤੋਂ ਰਾਤ ਜਦੋਂ ਤੁਹਾਡੀ ਵੀਡੀਓ ਆਈ ਹੈ ਨਾਲ ਦੀ ਨਾਲ ਬੈਰੀਗੇਟ ਲਾ ਦਿੱਤੇ ਵੀ ਕੋਈ ਗੱਲ ਨਾ ਇਦਾਂ ਦੀ ਹੋ ਜਾਏ ਕੁਝ ਬੰਦੇ ਇਕੱਠੇ ਹੋ ਕੇ ਨਾ ਆ ਜਾਣ ਦੂਜੇ ਪਾਸੇ ਮੈਂ ਕਹਿਣਾ ਚਾਹੁੰਦਾ ਬਾਬਾ ਹਰਨਾਮ ਸਿੰਘ ਹੁਣਾਂ ਨੇ ਵੀ ਕੱਲ ਇੱਕ ਬਿਆਨ ਦਿੱਤਾ ਹੈ ਕਿ ਪੁਲਿਸ ਦੀ ਛਤਰੀ ਹੇਠ ਜਿਹੜੇ ਬੰਦੇ ਗੱਲਾਂ ਕਰਦੇ ਨੇ ਕਦੇ ਬਾਹਰ ਆਉਣ ਸਾਹਮਣੇ ਆ ਕੇ ਜਥੇਦਾਰ ਜੀ ਦਾ ਮਜ਼ਾਕ ਉਡਾਉਂਦੇ ਨੇ ਤੇ ਜੇ ਉਹ ਬੰਦੇ ਸਾਹਮਣੇ ਆ ਕੇ ਗੱਲ ਕਰਨ ਤੇ ਫਿਰ ਇਹਨਾਂ ਨੂੰ ਪੁੱਛੀਏ ਕਿ ਕੌਣ ਹੁੰਦਾ ਖਾਲਸਾ ਪੁਲਿਸ ਦੇ ਅੰਦਰ ਵੜ ਕੇ ਤੇ ਕੋਈ ਵੀ ਗੱਲ ਕਰ ਸਕਦਾ ਬਾਹਰ ਆ ਕੇ ਪਤਾ ਲੱਗੇਗਾ ਕੌਣ ਮਰਦ ਤੇ ਕੌਣ ਖੁਸਰਾ ਇਦਾਂ ਦੇ ਲਫ਼ਜ਼ ਅਸੀਂ ਨਾ ਬੋਲੀਏ ਬਾਬਾ ਹਰਨਾਮ ਸਿੰਘ ਜੀ ਪੁਲਿਸ ਦੀ ਛਤਰੀ ਹੇਠ ਨਹੀਂ ਸਾਂ ਤੇ ਤਾਂ ਹੀ ਤੁਸੀਂ ਭਪਿੰਦਰ ਸਿੰਘ ਦਾ ਕਤਲ ਕਰ ਦਿੱਤਾ ਸ਼ਬੀਲ ਲਾ ਕੇ ਮੈਨੂੰ ਪਤਾ ਹੀ ਹੈ ਤੁਸੀਂ ਕੀ ਕਰੋਗੇ ਪ੍ਰਸ਼ਾਸਨ ਦੀ ਹੈਲਪ ਤੁਸੀਂ ਵੀ ਲਈ ਹੈ ਆ ਹੁਣ ਸੂਸਾ ਡੇਰੇ ਦੇ ਵਿੱਚ ਬਾਹਰ ਪੁਲਿਸ ਦੀ ਛਤਰੀ ਲਾਈ ਹੋਈ ਸੀ ਤੁਸੀਂ ਤੇ ਆਪ ਅੰਦਰ ਵੜ ਕੇ ਬੈਠੇ ਸੀ ਤੁਹਾਡੇ ਸਾਰੇ ਬੰਦੇ ਉਦਣ ਦਮਦਮੀ ਟਕਸਾਲ ਨੂੰ ਪੁਲਿਸ ਦੀ ਲੋੜ ਕਿਉਂ ਪਈ ਸੀ ਬਾਹਰ ਲੋਕ ਖੜੇ ਸੀ ਤੇ ਤੁਸੀਂ ਆਪ ਅੰਦਰ ਬੈਠੇ ਹੋਏ ਸੀ ਤੁਹਾਡੇ ਬੰਦੇ ਅੰਦਰ ਬੈਠੇ ਹੋਏ ਸੀ ਉਦਣ ਪੁਲਿਸ ਦੀ ਛਤਰੀ ਸੀ ਕਿਉਂਕਿ ਡੈਮੋਕ੍ਰੈਟਿਕ ਸਿਸਟਮ ਵਿੱਚ ਹੋਰ ਪ੍ਰਬੰਧ ਕੀ ਕੀਤਾ ਜਾ ਸਕਦਾ ਕੀ ਇਹੀ ਹੱਲ ਹੋਏਗਾ ਫਿਰ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਜੀ ਜੇ ਮੈਨੂੰ ਨਕਲੀ ਨਰੰਕਾਰੀਆ ਕਹਿਣਗੇ ਤੇ ਮੈਂ ਉਹਨਾਂ ਨੂੰ ਇੰਨਾ ਤੇ ਕਵਾਂਗਾ ਹੀ ਕਿ ਜਥੇਦਾਰ ਜੀ ਮੇਰੇ ਨਾਲ ਬਹਿ ਕੇ ਗੱਲ ਕਰੋ ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ ਜੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ ਇੰਨਾ ਸਵਾਲ ਪੁੱਛਣ ਦਾ ਤੇ ਸਾਡਾ ਹੱਕ ਬਣਦਾ ਹੀ ਐ ਅਸੀਂ ਗੁਲਾਮ ਮਾਨਸਿਕਤਾ ਦੇ ਥੋੜਾ ਬਾਬਾ ਹਰਨਾਮ ਸਿੰਘ ਜੀ ਬਾਬਾ ਜਰਨੈਲ ਸਿੰਘ ਦੀ ਆਡੀਓ ਤੁਹਾਡੇ ਕੋਲ ਹੋਏਗੀ ਜੇ ਨਹੀਂ ਤੇ ਤੁਹਾਨੂੰ ਭੇਜ ਦਿੰਨੇ ਆ ਜਿਹਦੇ ਵਿੱਚ ਖੁੱਲਕੇ ਕਹਿੰਦੇ ਆ ਕਿ ਜਥੇਦਾਰਾਂ ਨੇ ਝੂਠ ਬੋਲਣ ਦਾ ਠੇਕਾ ਲੈ ਲਿਆ ਇਦਾਂ ਦੀ ਗੱਲ ਬਾਬਾ ਜਰਨੈਲ ਸਿੰਘ ਨੂੰ ਨਹੀਂ ਕਰਦੇ ਆ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਨੇ ਝੂਠ ਬੋਲਿਆ ਤੁਹਾਨੂੰ ਝੂਠ ਬੋਲਣ ਦਾ ਠੇਕਾ ਮਿਲ ਗਿਆ ਇਹ ਗੱਲ ਬਾਬੇ ਜਰਨੈਲ ਸਿੰਘ ਹੁਣਾਂ ਨੇ ਉਹਨਾਂ ਉਸ ਵੇਲੇ ਦੇ ਜਥੇਦਾਰਾਂ ਨੂੰ ਕਹੀ ਹੈ ਕਿਉਂਕਿ ਜਥੇਦਾਰ ਉਸ ਵੇਲੇ ਦੇ ਜਿਹੜੇ ਹੋਣਗੇ ਬਾਬੇ ਜਰਨੈਲ ਸਿੰਘ ਹੁਣਾਂ ਦੇ ਉਲਟ ਚੱਲਦੇ ਹੋਣਗੇ ਵਿਰੋਧ ਕਰਦੇ ਹੋਣਗੇ ਧੱਕਾ ਕਰਦੇ ਹੋਣਗੇ ਉਸ ਵੇਲੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤੇ ਜੇ ਤੁਸੀਂ ਗੁਲਾਮ ਹੋ ਤੇ ਸਾਰੇ ਬੰਦੇ ਗੁਲਾਮ ਨਹੀਂ ਨਕਲੀ ਨਰੰਕਾਰੀਏ ਬਣਾ ਕੇ ਕਹੋਗੇ ਨਹੀਂ ਫੇਰ ਕਰੋ ਬਰਾਬਰ ਰੱਖੋ ਬਰਾਬਰ ਸਟੇਟਮੈਂਟ ਦੇਣ ਜਥੇਦਾਰ ਅਕਾਲ ਤਖਤ ਦੇ ਤੇ ਫੇਰ ਸਵਾਦ ਆਉਂਦਾ ਇੱਕ ਧਿਰ ਨੂੰ ਇੱਕ ਧਿਰ ਦਾ ਪੱਖ ਪੂਰੇ ਹੈ ਦੂਜੇ ਨੂੰ ਨਕਲੀ ਨਰੰਕਾਰੀਆ ਕੱਲ ਦੀ ਹੈ ਜੇ ਹੋਲੇ ਮੁਹੱਲੇ ਦੇ ਉੱਤੇ ਸਿੰਘ ਸਾਹਿਬ ਦੀ ਸਟੇਟਮੈਂਟ ਟ੍ਰਿਬਿਊਨ ਅਖਬਾਰ ਵਿੱਚ ਲੱਗੀ ਹੋਈ ਹੈ ਕਿ ਢੱਡਰੀਆਂ ਵਾਲਾ ਦਿੱਲੀ ਦੇ ਮਗਰ ਲੱਗ ਕੇ ਸਾਡੇ ਵਿਰੋਧ ਵਿੱਚ ਬੋਲ ਰਿਹਾ ਉਹ ਏਜੰਸੀਆਂ ਵਾਲੇ ਪਾਸੇ ਜਥੇਦਾਰ ਫਿਰ ਇਸ਼ਾਰਾ ਕਰਕੇ ਗਏ ਐ ਪਹਿਲਾਂ ਨਕਲੀ ਨਰੰਕਾਰੀਆ ਕਹਿੰਦੇ ਐ ਹੁਣ ਏਜੰਸੀਆਂ ਦਾ ਬੰਦਾ ਕਹਿੰਦੇ ਐ ਸਿਰਫ ਇਸ ਕਰਕੇ ਕਿ ਤੁਹਾਡੇ ਤੋਂ ਸਵਾਲ ਪੁੱਛ ਲੈ ਦੋ ਇੰਨਾ ਹੀ ਐ ਵੀ ਜੇ ਮੈਂ ਤੁਹਾਡੀ ਕਮੇਟੀ ਦੇ ਅੱਗੇ ਨਹੀਂ ਬੈਠਾ ਮੈਂ ਕਿਹਾ ਤੁਸੀਂ ਆਪ ਮੈਨੂੰ ਦੱਸੋ ਮੈਂ ਨਕਲੀ ਨਰੰਕਾਰੀਆ ਕਿੱਦਾਂ ਮੇਰੇ ਨਾਲ ਬਹਿ ਕੇ ਚੈਨਲ ਤੇ ਗੱਲਬਾਤ ਕਰ ਲਓ ਇੰਨਾ ਹੀ ਪੁੱਛਿਆ ਤੇ ਜੇ ਕੋਈ ਬਾਹਰ ਆ ਕੇ ਵੇਖੇ ਪੁਲਿਸ ਦੀ ਛਤਰੀ ਲੈ ਕੇ ਅਗਲਾ ਗੱਲ ਕਰਦਾ ਬਾਬਾ ਹਰਦਾਮ ਸਿੰਘ ਜੀ ਪੁਲਿਸ ਦੀਆਂ ਛਤਰੀਆਂ ਤੇ ਤੁਹਾਡੇ ਨਾਲ ਵੀ ਅਸੂਸਾਂ ਲੰਘ ਕੇ ਹਟਿਆ ਟਾਈਮ ਬਾਰ ਇੰਨੇ ਲਾਈਨ ਲਾ ਕੇ ਪੁਲਿਸ ਵਾਲੇ ਖੜੇ ਐ ਉਧਰ ਪਿੰਡ ਵਾਲੇ ਖੜੇ ਐ ਕਬਜੇ ਦਾ ਤੁਹਾਡਾ ਮਸਲਾ ਸੀ ਤੁਹਾਨੂੰ ਵੀ ਪਤਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਭਾਈ ਅਮਰੀਕ ਸਿੰਘ ਜਨਾਲਾ ਨੂੰ ਵੀ ਐ ਚਾਹੇ ਬਾਬਾ ਹਰਨਾਮ ਸਿੰਘ ਹੋਣੀ ਨੇ ਤੇ ਚਾਹੇ ਜਸਵੰਤ ਸਿੰਘ ਅਕਾਲ ਤਖਤ ਸਾਹਿਬ ਜੀ ਨੇ ਆਪਾਂ ਚਾਹੁੰਦੇ ਆ ਕਿ ਮਸਲਾ ਹੱਲ ਹੋਵੇ ਤੇ ਬਹਿ ਕੇ ਆਪਾਂ ਹੱਲ ਕਰ ਲਈਏ ਜਦੋਂ ਮੈਂ ਤਿਆਰ ਆ ਇਸ ਗੱਲ ਵਾਸਤੇ ਪਰ ਐਦਾਂ ਧੱਕਾ ਨਾ ਕਰੀਏ ਮੈਂ ਦੱਸ ਚੁੱਕਿਆ ਇੱਕ ਬੰਦਾ ਕਹਿੰਦਾ ਹੈ ਬਰਿਸ਼ਤਾ ਕਰ ਦੇ ਨਹੀਂ ਤੇ ਕਿਤੇ ਵੀ ਨਹੀਂ ਹੋਣ ਦੇਾਂਗੇ ਇਹ ਐਟੀਟਿਊਡ ਹੈ ਤਾਂ ਜਿਹੜਾ ਇਹ ਸੁਭਾਅ ਜਿਹੜਾ ਇਹ ਬੜਾ ਭੈੜਾ ਹੁੰਦਾ ਹੈ ਇਹ ਦਬਾ ਕੇ ਰੱਖਣ ਵਾਲਾ ਸੁਭਾਅ ਹੁੰਦਾ ਹੈ ਐਦਾਂ ਕੋਈ ਵੀ ਨਹੀਂ ਬੈਂਦਾ ਮੇਰੀ ਬੇਨਤੀ ਹੈ ਚੈਨਲ ਤੇ 13 ਨੂੰ ਆਓ ਚੈਨਲ ਤੇ 23 ਨੂੰ ਆਓ ਚੈਨਲ ਚੈਨਲ ਤੇ ਅਗਲੇ ਮਹੀਨੇ ਦੀ 13 ਨੂੰ ਆਓ ਜਿੱਦਣ ਕਹੋਗੇ ਉਸ ਦਿਨ ਆਪਾਂ ਟਾਈਮ ਦੇਾਂਗੇ ਪਰ ਐਦਾਂ ਪਰਮੇਸ਼ਰ ਦਵਾਰ ਜੇ ਤੁਸੀਂ ਆਖੋਗੇ ਵੀ ਬੈ ਇੱਥੇ ਗੱਲ ਕਰ ਸਾਡੇ ਨਾਲ ਐਦਾਂ ਗੱਲਬਾਤ ਨਹੀਂ ਹੋ ਸਕਣੀ ਮੇਰੀ ਬੇਨਤੀ ਹੈ ਚੈਨਲ ਦੇ ਉੱਤੇ ਆ ਕੇ ਭਾਈ ਅਮਰੀਕ ਸਿੰਘ ਜਨਾਲਾ ਜੀ ਸਾਰੀ ਦੁਨੀਆ ਦੇ ਸਾਹਮਣੇ ਮੈਨੂੰ ਪਤਾ ਸਮਝਾਉਤਾਂ ਨਹੀਂ ਤੁਸੀਂ ਕਰਨਾ ਸਾਨੂੰ ਤੁਸੀਂ ਕਦੇ ਵੀ ਪਸੰਦ ਨਹੀਂ ਕਰਨਾ ਕਦੇ ਵੀ ਤੁਸੀਂ ਇਸ ਗੱਲ ਨੂੰ ਨਜਿੱਠਣਾ ਨਹੀਂ ਪਰ ਚੈਨਲ ਦੇ ਉੱਤੇ ਆਉਣ ਦਾ ਮਤਲਬ ਸਿਰਫ ਮੇਰਾ ਇਹ ਹੈ ਘੱਟ ਤੋਂ ਘੱਟ ਸਾਰੀ ਦੁਨੀਆ ਨੂੰ ਪਤਾ ਤਾਂ ਲੱਗੇ ਕਿ ਮੇਰੀ ਜਿਹੜੀ ਸਮਝ ਹੈ ਉਹਦਾ ਕੌਮ ਨੂੰ ਦੁਨੀਆ ਨੂੰ ਕੀ ਨੁਕਸਾਨ ਹੋਏਗਾ ਜਿਹੜੀਆਂ ਗੱਲਾਂ ਤੁਸੀਂ ਕਰਦੇ ਆ ਉਹਦਾ ਨੁਕਸਾਨ ਕੀ ਹੋਏਗਾ ਇਸ ਟੌਪਿਕ ਦੇ ਉੱਤੇ ਆਪਾਂ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਫਿਰ ਰਿਪੋਰਟ ਪੰਜਾਬੀ ਸਰਗਰਮੀਆਂ